ਹਾਂਜੀ ਦੋਸਤੋ ਵੈਲਕਮ ਬੈਕ ਟੂ ਸੇਵਿੰਗ ਵਲੌਗਸ ਅਗੇਨ ਮੈਂ ਤੁਹਾਡਾ ਦੋਸਤ ਦਵਿੰਦਰ ਸਿੰਘ ਦੋਸਤੋ ਇਹ ਅਖਬਾਰ ਤੁਸੀਂ ਦੇਖ ਸਕਦੇ ਹੋ ਇਹ 1990 ਦਾ ਅਖਬਾਰ ਆ ਇਸ ਦੇ ਉੱਤੇ ਹੈਡਿੰਗ ਵੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਬਾਬਾ ਜੀ ਦੇ ਨਾਮ ਲਿਖਿਆ ਵਾ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਸੰਪਰਦਾਇ ਕੇ ਵਿਦਿੱਤਵ ਪ੍ਰਮੁਖ ਬਣੇ ਦੋਸਤੋ ਇਹ 32 ਸਾਲ ਪੁਰਾਣਾ ਅਖਬਾਰ ਹੈ ਜਦੋਂ ਬਾਬਾ ਜੀ ਨੂੰ ਗੱਦੀ ਦਿੱਤੀ ਗਈ ਸੀ ਮਹਾਰਾਜ ਚਰਨ ਸਿੰਘ ਜੀ ਦੁਆਰਾ ਇਹ ਅਖਬਾਰ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਉੱਤੇ ਕੀ ਲਿਖਿਆ ਵਾ ਉਹ ਵੀ ਤੁਸੀਂ ਪਾਜ਼ ਕਰਕੇ ਪੜ੍ਹ ਸਕਦੇ ਹੋ ਲੇਕਿਨ ਮੈਂ ਵੀ ਤੁਹਾਨੂੰ ਥੋੜਾ ਜਿਹਾ ਪੜ੍ਹ ਕੇ ਸੁਣਾਉਣਾ कि बाबा जी ने उस वक्त की क्या सी दस जून उन्नीस सौ नब्बे यहाँ से थोड़ी दूर राजस्वामी डेरा बाबा जयमल सिंह ब्यास में आज एक विशाल समारोह के दौरान राजस्वामी संप्रदाय के नए अध्यक्ष के रूप में श्री गुरिंदर सिंह ढिल्लों की दस्तारबंदी की रस्म आयोजित हुई दस्तारबंदी के पश्चात नए राजस्वामी अध्यक्ष महाराज गुरिंदर सिंह ने अत्यंत भावुक शब्दों में संगत को संबोधित करते हुए कहा महाराज चरण सिंह जी मेरे कंधों पर संगत की बहुत बड़ी जिम्मेदारी डाल गए हैं और इसे मैं केवल तभी ही निभा सकता हूँ अगर संगत उसी प्रेम तथा स्नेह का कुछ भाग मुझे भी दे दे जो वह स्वर्गीय महाराज चरण सिंह जी से करती थी उन्होंने अत्यंत अमृत तथा मीठे शब्दों में स्वयं को जनता का सेवक तथा संगत के पांव की धूल बताते हुए कहा कि वह हर तरह से स्वयं को संगत की सेवा में समर्पित करते हैं आज के इस महान तथा ऐतिहासिक समारोह में भाग लेने के लिए लगभग पंद्रह से बीस लाख लोग आए हुए थे ਡੇਰੇ ਕੇ ਸਾਰੇ ਪਰਿਸਰ ਮੇਂ ਸ਼ਰਧਾਲੂ ਨਜ਼ਰ ਆ ਰਹੇ ਥੇ ਪ੍ਰਤੀਕ ਸੱਸਣ ਕੇ ਦੌਰਾਨ ਇਤਨਾ ਪੰਡਾਲ ਬਣਾਇਆ ਜਾਤਾ ਹੈ ਅੱਜ ਉਸ ਸੇ ਦੋਗੁਣਾ ਪੰਡਾਲ ਬਣਾਇਆ ਗਿਆ ਥਾ ਮਗਰ ਇਸ ਕੇ ਬਾਵਜੂ ਸ਼ਰਧਾਲੂ ਲੰਗਰ ਬਾਹਰ ਵਾਲੇ ਮੈਦਾਨ তথা ਸ਼ੈਡੋ ਮੇਂ ਬੈਠ ਰਹੇ ਥੇ ਵਿਭਿੰਨ ਸਥਾਨੋ ਪਰ ਬੈਠੇ ਹੋਏ ਸ਼ਰਧਾਲੂਨ ਕੋ 50 ਕੇ ਲਗਭਗ ਲਗਾਏ ਗਏ ਕਲੋਜ਼ ਸਰਕਟ ਟੀਵੀ ਸੈਟੋਨ ਦੁਆਰਾ ਦਸਤਾਰਬੰਦੀ ਕੀ ਰਸਮ ਦਿਖਾਈ ਗਈ ਤਾਂ ਦੋਸਤੋ ਬਾਕੀ ਦਾ ਪੈਰਾ ਤੁਸੀਂ ਪੜ ਸਕਦੇ ਹੋ ਇਹਨੂੰ ਪੌਜ਼ ਕਰਕੇ ਹੋਰ ਵੀ ਪੂਰਾ ਉਸ ਟਾਈਮ ਦਾ ਵਾਕਿਆ ਲਿਖਿਆ ਵਾ ਤਾਂ ਦੋਸਤੋ ਇਹ ਇੱਕ ਯਾਦ ਆ ਅੱਜ 31-32 ਸਾਲ ਹੋ ਗਏ ਆ ਉਸ ਚੀਜ਼ ਨੂੰ ਜੋ ਤੁਸੀਂ ਇੱਕ ਪ੍ਰੂਫ ਦੇਖ ਸਕਦੇ ਹੋ ਇਹ ਉਸ ਵਕਤ ਦਾ ਨਿਊਜ਼ਪੇਪਰ ਸੀ ਤਾਂ ਦੋਸਤੋ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਤੇ ਜਿਨ੍ਹਾਂ ਨੂੰ ਮਹਾਰਾਜ ਚਰਨ ਸਿੰਘ ਜੀ ਤੋਂ ਨਾਮਦਾਨ ਮਿਲਿਆ ਹੋਇਆ ਵਾ ਜੋ ਇਸ ਟਾਈਮ ਬਜ਼ੁਰਗ ਨੇ ਉਹਨਾਂ ਨੂੰ ਵੀ ਇੱਕ ਯਾਦ ਆ ਗਈ ਹੋਊਗੀ ਬਾਕੀ ਮੈਂ ਇੱਕ ਵੀਡੀਓ ਜੋ ਪਾਠੀ ਰੂਰ ਸਿੰਘ ਜੀ ਦੀ ਆਵਾਜ਼ ਹੈਗੀ ਆ ਉਸ ਟਾਈਮ ਦਾ ਉਹਨਾਂ ਨੇ ਪੂਰਾ ਹਾਲ ਦੱਸਿਆ ਵਾ ਉਸ ਵੀਡੀਓ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਪਾ ਦੂੰਗਾ ਤੁਸੀਂ ਉੱਥੇ ਜਾ ਕੇ ਪੂਰੀ ਵੀਡੀਓ ਦੇਖ ਸਕਦੇ ਹੋ ਕਿ ਮਹਾਰਾਜ ਚਰਨ ਸਿੰਘ ਜੀ ਦੇ ਆਖਰੀ ਟਾਈਮ ਕੀ ਕੀ ਹੋਇਆ ਸੀ ਪੂਰੀ ਡਿਟੇਲ ਵਿੱਚ ਉਹਨਾਂ ਨੇ ਉਸ ਵਕਤ ਦਾ ਹਾਲ ਦੱਸਿਆ ਹੈ ਜਿਸ ਨੂੰ ਸੁਣ ਕੇ ਤੁਸੀਂ ਇਮੋਸ਼ਨਲ ਵੀ ਹੋ ਸਕਦੇ ਹੋ ਤੇ ਉਸ ਵੀਡੀਓ 'ਚ ਕਮੈਂਟ ਵੀ ਕਾਫੀ ਸੰਗਤ ਨੇ ਕੀਤੇ ਸੀ ਤੇ ਬਹੁਤ ਇਮੋਸ਼ਨਲ ਹੋਈ ਸੀ ਤਾਂ ਦੋਸਤੋ ਟੇਕ ਕੇਅਰ ਬਾਏ ਬਾਏ ਮਿਲਦਾ ਅਗਲੀ ਵੀਡੀਓ 'ਚ